ਯੂ ਮੈਂ ਮੂਰਤੀ ਕੇ ਤੂੰ ਵੱਧ ਹੈ ਹੋਰ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪਿਆ ਸੇ ਫਿਰ ਗੁਰੂ ਬਾਸ ਨ ਪੁਰਿਆ ਸੁਭਾ ਟਲ ਗੁਰ ਸੇਵਿਆ ਐਂਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਨਸਰੀ ਮਹਿਲਾ ਪਹਿਲਾ ਛੰਦ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਮ ਜਾਗ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਮ ਰਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਗੁਰੂ ਸਦਾ ਦਸਹਰ ਹੋ ਨਾਮ ਗਰ ਕਾ ਸਦਾ ਜਾਚੋ ਦੇ ਪ੍ਰਭ ਹਣੀ ਕਰ ਸੰਸਾਰ ਰੋਗੀ ਨਾਮ ਗਾਰੂ ਮੈਨ ਲਾਗੇ ਸਚ ਬਿਨਾ ਗੁਰ ਵਾਕ ਨਿਰਮਲ ਸਦਾ ਚਾਨਣ ਨਿਤ ਸਚ ਤੀਰਥ ਮੱਜਣਾ ਸੱਚ ਨਾ ਲਾਗੇ ਮੈ ਕਿਆ ਮਰਦ ਹੋਈ ਹੈ ਗੁਣੇ ਹਰ ਪੁਰੋਈ ਕਿਸ ਕੋ ਰੋਈ ਹੈ ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨ ਨਾ ਆਵੇ ਆਪ ਪਾਰਸ ਪਰਮਦਿਆ ਨੀ ਸੱਚ ਸਾਚੇ ਬਾਵੇ ਆਨੰਦ ਆਨੰਦ ਹੱਥ ਸਾਚਾ ਝੂਠ ਕਿਲ ਵਿਖ ਪਰ ਹੋਏ ਸੱਚ ਨਾਮ ਪਾਇਆ ਗੁਰ ਦਿਖਾਇਆ ਮੈਨ ਨਾਮੀ ਸੱਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਮਣੋ ਗਾਵੈ ਗਾਵਨ ਹਰ ਸ਼ਬਦ ਸੁਨਾ ਸਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦੇ ਅਮਤੇ ਫਿਰ ਸੰਗ ਬਾਵੈ ਸਹਿਜ ਨਾਵੈ ਬੇੜੀ ਤਾਂ ਸੰਗਮ ਸਤ ਸਤੇ ਆਰਾਧੇ ਓਅੰਕਾਰ ਸਾਚਾ ਨਿਤ ਦੇਹ ਚੜੈ ਸੁਆਇਆ ਗਦ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹੇ ਸਭ ਕੋ ਹੀ ਕਿ ਉੜੇ ਆਖੀ ਹੈ ਅਮੂਰਖ ਨੀਚ ਅਜਾਣ ਸਮਝਣ ਸਾਖੀ ਹੈ ਸਤਿਗੁਰ ਈਸਾ ਕੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ ਪੂਜ ਕਰੇ ਆਮ ਹੈ ਬਿਖ ਲਾਦੇ ਸ਼ਬਦ ਸਚੈ ਗੁਰ ਮੇਰਾ ਆਖਣ ਤੋਟ ਨਾ ਭਗਤ ਭੰਡਾਰੀ ਪਰ ਗੁਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਜੈ ਸਚ ਸੋਈ ਆਖਣ ਤੋਟ ਨਾ ਭਗਤ ਭੰਡਾਰੀ ਪਰ ਗੁਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਜੈ ਸਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਸਤਿ ਜੀ ਧੰਨ ਸਤਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਮੁਬਾਰਕ ਰਸਨਾ ਪ੍ਰਚਾਰਨ ਕੀਤਾ ਹੋਇਆ ਬੱਚਨ ਆਪ ਜੀ ਨੇ ਗੁਰਨਾਮਾ ਸਰਵ ਕੀਤਾ ਤੀਰਥ ਨਾਮ ਜਾਓ ਤੀਰਥ ਨਾਮ ਤੇ ਸਤਿਗੁਰੂ ਗਰੀਬਨ ਪਾਤਸ਼ਾਹ ਜੀ ਇਹ ਨਾਮ ਤੀਰਥ ਦੇ ਉੱਤੇ ਇਸ਼ਨਾਨ ਕੀਤੇ ਜਾਂ ਮਨੁੱਖ ਨੂੰ ਕੀ ਪ੍ਰਾਪਤ ਹੁੰਦਾ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਜਿਸ ਮਨੁੱਖ ਦੇ ਅੰਦਰ ਗਿਆਨ ਨਹੀਂ ਅਗਿਆਨਤਾ ਦੇ ਅੰਧੇਰੇ ਵਿੱਚ ਜਿਹੜਾ ਮਨੁੱਖ ਆਪਣੇ ਜੀਵਨ ਵਿੱਚ ਵਿਚਰਦਾ ਹੈ ਸਤਿਗੁਰੂ ਗਰੀਬਨ ਪਾਤਸ਼ਾਹ ਜੀ ਆਪਣੀ ਪਵਿੱਤਰ ਮੁਬਾਰਕ ਰਸਨਾ ਤੋਂ ਬਚਨ ਆਖਦੇ ਨੇ ਉਹ ਮਨੁੱਖ ਆਪਣੇ ਜੀਵਨ ਦੇ ਅੰਦਰ ਕਦੇ ਵੀ ਸੁੱਖ ਨਹੀਂ ਪ੍ਰਾਪਤ ਕਰ ਸਕਦਾ ਕਿਉਂਕਿ ਅਗਿਆਨਤਾ ਵਿੱਚ ਕੀ ਕਰਦਾ ਹੈ ਗਿਆਨ ਹੀ ਹਨ
ਅਗਿਆਨ ਪੂਜਾ, ਅਗਿਆਨਤਾ ਦੀ ਪੂਜਾ ਕਰਦਾ, ਅਗਿਆਨਤਾ ਦੀ ਪੂਜਾ, ਗਿਆਨਹੀਣ ਅਗਿਆਨ ਪੂਜਾ, ਅੰਧ ਵਰਤਾਰਾ ਭਾਵ ਹੈ ਦੂਜਾ। ਜੇ ਦੂਜੇ ਭਾਵ ਦੇ ਵਿੱਚ ਮਨੁੱਖ ਆਪਣਾ ਜੀਵਨ ਬਤੀਤ ਕਰ ਰਹੇ ਆ, ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਮਨੁੱਖ ਜੀਵਨ ਅੰਧਕਾਰੀ ਜੀਵਨ ਬਤੀਤ ਕਰ ਰਿਹਾ, ਤੇ ਅੰਧਕਾਰ ਦੇ ਵਿੱਚ ਜੀਵਨ ਬਤੀਤ ਕਰਨ ਵਾਲੇ ਅੰਧਕਾਰ ਸੁੱਖ ਕਬ ਹੈ ਨਾ ਸੋਈ ਹੈ। ਬਾਬਾ ਕਬੀਰ ਜੀ ਦਾ ਪਿੱਤਰ ਬਚਨ ਜੀ ਕਹਿੰਦੇ, ਮਹਾਰਾਜ ਜਿਹਦੇ ਕੋਲ ਮਾਇਆ ਬਹੁਤੀ ਹੋਵੇ ਉਹਨੂੰ ਤਾਂ ਕੋਈ ਫਰਕ ਨਹੀਂ ਨਾ ਪੈਣ ਲੱਗਿਆ, ਬੇਸ਼ੱਕ ਅੰਧਕਾਰ ਹੋਵੇ ਉਹਦੇ ਲਈ ਉਹਨੂੰ ਕੀ ਫਰਕ ਪੈਣ ਲੱਗਿਆ। ਸਤਿਗੁਰ ਪਾਤਸ਼ਾਹ ਜੀ ਦੀ ਪਵਿੱਤਰ ਮੁਬਾਰਕ ਬਾਣੀ ਇਸ ਗੱਲ ਦੀ ਗਵਾਹੀ ਕਰ ਰਹੀ ਹੈ, ਕਹਿੰਦੇ ਨੇ ਕਿਹੜਾ ਮਨੁੱਖ ਅੰਧੇਰੇ ਵਿੱਚ ਹੈ, ਅੰਧਕਾਰ ਵਿੱਚ ਹੈ, ਅਗਿਆਨਤਾ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਕਹਿੰਦੇ ਅੰਧਕਾਰ ਸੁੱਖ ਕਬਹਿ ਨਾ ਸੋਈ ਹੈ। ਮਹਾਰਾਜ ਫਿਰ ਅਮੀਰਾਂ ਨੂੰ ਕੋਈ ਫਰਕ ਪੈਂਦਾ ਉਹਦਾ ਕਿ ਕਿਵੇਂ ਗਰੀਬਾਂ ਲਈ ਹੈ ਗੱਲ? ਕਹਿੰਦੇ ਰਾਜਾ ਰੰਗ ਦੋ ਮਿਲ ਰੋਈ ਹੈ, ਭਾਵੇਂ ਕੋਈ ਗਰੀਬ ਹੋਵੇ ਤੇ ਭਾਵੇਂ ਕੋਈ ਅਮੀਰ ਹੋਵੇ, ਕੋਈ ਅੰਧਕਾਰ ਦੇ ਅੰਦਰ ਅਨੇਰੇ ਦੇ ਅੰਦਰ ਅਗਿਆਨਤਾ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਵਾਲਾ ਮਨੁੱਖ ਕੋਈ ਵੀ ਹੋਵੇ ਉਹ ਸੁੱਖ ਨਹੀਂ ਪ੍ਰਾਪਤ ਕਰ ਸਕਦਾ। ਇਸ ਕਰਕੇ ਸੁੱਖ ਪ੍ਰਾਪਤ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਆ ਕੇ ਕਹਿਣ ਲੱਗੇ, ਮਹਾਰਾਜ ਫਿਰ ਮੈਂ ਜਿਹੜਾ ਇਹ ਮੈਂ ਇਸ਼ਨਾਨ ਕਰਨ ਸਿੱਖੀ ਆ, ਮੇਰੇ ਤੀਰਥ ਜਾਵਾਂ ਮੈਂ, ਆਖਿਰ ਮੈਨੂੰ ਤੀਰਥ, ਮੈਨੂੰ ਤੀਰਥ ਕਿਹੜਾ ਮਿਲੇ, ਇਹ ਨਾਮ ਦਾ ਤੀਰਥ ਮੈਨੂੰ ਕਿੱਥੇ ਮਿਲੇਗਾ? ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਸੰਗਤ ਮੀਤ ਮਿਲਾਪ ਪੂਰਾ ਨਾ ਬਣੋ। ਗੁਰੂ ਦੀ ਸੰਗਤ ਵਿੱਚ ਆ ਪਿਆਰਿਆ, ਇੱਥੇ ਇਸ ਮਿਲਾਪ ਦੇ ਵਿੱਚ ਆ ਕੇ ਆਪਣੇ ਆਪ ਨੂੰ ਇਸ਼ਨਾਨ ਕਰੋ। ਕਹਿੰਦੇ ਸੰਗਤ ਮੀਤ ਮਿਲਾਪ ਪੂਰਾ ਨਾ ਬਣੋ, ਗਾਵੈ ਗਾਵਣ ਹਰ ਸ਼ਬਦ ਸੁਹਾਵਣੋ। ਸੋਹਣੇ ਸ਼ਬਦ ਦੇ ਨਾਲ ਗਾਉਂਦਿਆਂ ਹੋਇਆਂ ਉਸ ਪਵਿੱਤਰ ਸ਼ਬਦ ਨੂੰ ਆਪਣੇ ਜੀਵਨ ਦੇ ਅੰਦਰ ਜਿਸ ਕਰ ਮਿਲ ਕੇ ਤੋਰੇਗਾ ਤੇ ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ, ਕਹਿੰਦੇ ਸਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ, ਫਿਰ ਸੰਗ ਵਾਵੇ ਸਹਿਜ ਨਾਵੇ, ਵੇਣੀ ਤਾਂ ਸੁਣ ਸਤ ਸਤੇ, ਅਰਾਧ ਜੇ ਓਂਕਾਰ ਸਾਚਾ ਮਨ ਦੇ ਚੜੇ ਸਵਾਏ। ਕਹਿੰਦੇ ਨਿਤ ਅਨਿਤ ਸਵਾਇਆ ਹੋ ਜਾਏਗਾ, ਨਿਤਾ ਚੜ੍ਹਦੀ ਕਲਾ ਹੋਵੇਗੀ, ਪਰ ਕਿਸ ਤਰ੍ਹਾਂ ਦੇ ਨਾਲ ਹੋਵੇਗੀ? ਹੋਵੇਗੀ ਇਸ ਤਰ੍ਹਾਂ ਦੇ ਨਾਲ ਜੇ ਇਸ ਸਰੋਵਰ ਦੇ ਉੱਤੇ ਇਸ਼ਨਾਨ ਕਰੇਗੀ। ਇਹ ਸਰੋਵਰ ਦੇ ਉੱਤੇ, ਇਹ ਸਰੋਵਰ ਕਿਹੜਾ ਹੈ? ਸਤਿਗੁਰੂ ਪਾਤਸ਼ਾਹ ਜੀ ਨੇ ਪਵਿੱਤਰ ਬਚਨ ਉਚਾਰ ਕੀਤੇ, ਰਾਮਦਾਸ ਸਰੋਵਰ ਨਾਤੇ ਸਮੁਦਰੇ ਪਾਰ ਕਮਾਤੇ। ਇਸ ਪਵਿੱਤਰ ਸ਼ਬਦ ਦੀ ਰਾਹ ਦੀ ਪੰਕਤੀ ਵਾਲੇ ਪਾਸੇ ਧਿਆਨ ਦੇਣ ਦੀ ਲੋੜ ਹੈ, ਕਿਹੜਾ ਰਾਮਦਾਸ ਸਰੋਵਰ ਹੈ, ਕਿਸ ਸਰੋਵਰ ਦੀ ਗੱਲ ਕੀਤੀ ਹੈ? ਕਹਿੰਦੇ ਰਾਮਦਾਸ ਸਰੋਵਰ ਨਾਤੇ ਸਮੁਦਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰੇ ਕੀਨੇ ਕਾਨਾ, ਸਭ ਕੁਸ਼ਲ ਖੇਮ ਪ੍ਰਵਧਾਰੇ, ਸਹੀ ਸਲਾਮਤ ਸਭ ਦੁੱਖ ਅਬਾਰੇ, ਗੁਰ ਦਾ ਸ਼ਬਦ ਵਿਚਾਰੇ। ਇਸ ਸਰੋਵਰ ਗੁਰ ਕੇ ਸ਼ਬਦ ਦੀ ਵਿਚਾਰ ਦੇ ਸਰੋਵਰ ਦੇ ਅੰਦਰ ਜਿਹੜਾ ਇਸ਼ਨਾਨ ਕਰੇਗਾ ਮਨੁੱਖ, ਕਿਉਂਕਿ ਉਸ ਰਾਮਦਾਸ ਸਰੋਵਰ ਤੇ ਤਾਂ ਕਦੇ ਜਾਵਾਂਗੇ ਨਾ, ਉੱਥੇ ਤੇ ਜ਼ਿੰਦਗੀ ਵਿੱਚ ਜਾਣ ਵਾਸਤੇ ਸਰੋਜ ਤੇ ਨਹੀਂ ਜਾ ਸਕਦੇ ਸੀ, ਜੇ ਜਾ ਸਕਦੇ ਹੋ ਨਹੀਂ ਨਾ ਜਾ ਸਕਦੇ, ਪਰ ਇਸ ਸਰੋਵਰ ਦੇ ਵਿੱਚ ਰੋਜ਼ਾਨਾ ਜਾਇਆ ਜਾ ਸਕਦਾ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜਾ ਸਰੋਵਰ ਹੈ, ਇਸ ਸਰੋਵਰ ਦੇ ਰੋਜ਼ਾਨਾ ਇਸ਼ਨਾਨ ਕੀਤਾ ਜਾ ਸਕਦਾ। ਤੇ ਇਸੇ ਕਰਕੇ ਸਤਿਗੁਰ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਰਾਮਦਾਸ ਸਰੋਵਰ ਨਾਤੇ, ਰਾਮਾਂ ਦੇ ਦਾਸਾਂ ਦਾ ਸਰੋਵਰ ਕਿਹੜਾ? ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰੇ ਕੀਨੇ ਦਾਨਾ, ਸਭ ਕੁਸ਼ਲ ਖੇਮ ਪ੍ਰਵਧਾਰੇ, ਸਾਰੀਆਂ ਖੁਸ਼ੀਆਂ, ਸਹੀ ਸਲਾਮਤ ਸੰਤੋਖ ਮਾਰੇ, ਗੁਰ ਕਾ ਸ਼ਬਦ, ਗੁਰੂ ਕੀ ਸ਼ਬਦ ਦੇ ਵਿਚਾਰ ਦੇ ਸਰੋਵਰ ਚ ਮਿਤਰਾ ਇਸ਼ਨਾਨ ਵੀ ਜਦਨ ਕਰੇਗਾ, ਸਭ ਖੁਸ਼ੀਆਂ ਸਦਾ ਸਦਾ ਨਾਲ ਦੇ ਖੁਸ਼ੀਆਂ ਗੁਰੂ ਕਿਰਪਾ ਕਰਕੇ ਦਾ ਸੰਪਰਾਪਤ ਕਰੇ ਜੀਵਨ ਦੀ ਸਫਲਤਾ ਪ੍ਰਾਪਤ ਕਰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।